ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਸੌਰੀ ਇਹ ਕਹਾਣੀ ਵੀ 포ਠੋਹਾਰ ਦੀ ਹੈ 포ਠੋਹਾਰ ਦੀਆਂ ਹੁਣ ਕਹਾਣੀਆਂ ਹੀ ਰਹਿ ਗਈਆਂ ਨੇ ਸੱਤ ਭਰਾਈ ਬਣ ਬਣ ਬੈੰਦੀ ਸੀ ਜਦੋਂ ਸੁਲਤਾਨ ਨਾਲ ਉਹਦੀ ਗੱਲ ਪੱਕੀ ਹੋ ਗਈ ਕੋਠੇ ਤੇ ਅੱਖਾਂ ਮੁੰਦੀ ਸਿੱਥਲ ਪਈ ਉਹ ਸੌਂ ਥੋੜੀ ਰਹੀ ਸੀ ਨਿੱਕੀਆਂ ਨਿੱਕੀਆਂ ਉਹਦੀ ਮਾਂ ਨਾਲ ਗੱਲਾਂ ਕਰਦਾ ਉਹਦਾ ਬਾਪੂ ਉਹਨੂੰ ਅੱਜ ਪੇਸ਼ੀ ਦਾ ਪਤਾ ਸੀ ਜ਼ਰੂਰ ਕੋਈ ਵੱਡੀ ਗੱਲ ਕਰਨ ਵਾਲਾ ਸੀ ਤਾਈਆਂ ਤੇ ਅੱਜ ਸਵੇਰੇ ਉਹਨੇ ਟੱਸਰ ਦਾ ਕੁੜਤਾ ਮੰਗਿਆ ਲੱਠੇ ਦੀ ਕੋਰੀ ਚਾਦਰ ਕਢਵਾਈ ਸੀ ਤਾਈਆਂ ਤੇ ਸ਼ਾਮੀ ਜਦੋਂ ਘਰ ਮੁੜਿਆ ਪੁੱਤਰ ਪੁੱਤਰ ਕਰਕੇ ਸੱਤ ਭرائی ਨੂੰ ਬੁਲਾਉਂਦੇ ਉਹਦਾ ਮੂੰਹ ਨਹੀਂ ਸੀ ਸੁੱਕਦਾ ਤਾਈਆਂ ਤੇ ਉਸ ਪ੍ਰੀਤੋ ਨੂੰ ਖਾਨਗਾਹਾਂ ਚ ਦੀਵਾ ਬਾਲਣ ਲਈ ਭੇਜਿਆ ਸੀ ਤੇ ਜਦੋਂ ਸਾਰੇ ਅੱਗੇ ਪਿੱਛੇ ਏਕਿਰ ਗਏ ਉਹਦੇ ਪਿਓ ਨੇ ਉਹਦੀ ਮਾਂ ਨੂੰ ਕੋਲ ਸਦਕੇ ਪੋਲੇ ਜੇ ਕਿਹਾ ਨੇਕ ਬਖਤੀ ਮੁਮਾਰਕ ਹੋਈ ਸੱਤ ਭرائی ਤੇ ਸੁਲਤਾਨੇ ਨੇ ਗੱਲ ਪੱਕੀ ਥਾਈ ਗਈ ਸੁਲਤਾਨ ਕੋਈ ਜਣੀ ਖਣੇ ਵਰਗਾ ਜਵਾਨ ਨਹੀਂ ਸੀ ਪੰਜ ਲੜਾਈ ਦੇ ਸਾਲ ਬਾਹਰ ਰਹਿ ਕੇ ਆਇਆ ਸੀ ਹੁਣ ਭਾਵੇਂ ਨਾਵਾ ਉਹਦਾ ਲਹਿ ਗਿਆ ਪਰ ਸੱਦਦੇ ਉਹਨੂੰ ਅਜੇ ਵੀ ਲੋਕੀ ਬਾਬੂ ਹੀ ਸਨ ਕਦੀ ਕਦੀ ਪਤਲੂਨ ਪਾੰਦਾ ਸੀ ਤੇ ਕਦੀ ਕਦੀ ਨਕਟਾਈ ਬੰਨਦਾ ਸੀ ਤੇ ਕਦੀ ਜਦੋਂ ਉਹਨੂੰ ਸ਼ਹਿਰ ਜਾਣਾ ਹੁੰਦਾ ਉਹਦੇ ਬੂਟਾਂ ਵਿੱਚੋਂ ਭਾਵੇਂ ਕੋਈ ਮੂੰਹ ਤੱਕ ਤੱਕ ਲਵੇ ਇਹਨੇ ਲਿਸ਼ਲਿਸ਼ ਕਰਦੇ ਸਨ ਨੰਬਰ ਦਾ ਰਾਪ ਸੁਲਤਾਨ ਦਾ ਕੁੱਲੇ ਤੇ ਵੱਧਾ ਸਾਫਾ ਸਿਰ ਤੇ ਧਰ ਕੇ ਜਾਂਦਾ ਅੰਦਰ ਬਾਹਰ ਜਦੋਂ ਉਹਨੂੰ ਨਿਕਲਣਾ ਪੈਂਦਾ ਤੇ ਸੱਤ ਭرائی ਤੇ ਕੋਈ ਸੱਤ ਭਰਾ ਨਹੀਂ ਸਨ ਇਹ ਤਾਂ ਆਪ ਸੱਤਵੀਂ ਭੈਣ ਸੀ ਸਬਰ ਸ਼ੁਕਰਕਰ ਕਾਰੂਡੀ ਕੁਡੀ ਦੇ ਮਾਪਿਆਂ ਦੇ ਘਰ ਜਦੋਂ ਸੱਤਵੀਂ ਧੀ ਆਈ ਤਾਂ ਉਹਨਾਂ ਦਾ ਨਾਂ ਸੱਤ ਭرائی ਰੱਖਿਆ ਸੱਤ ਭرائی ਦੀਆਂ ਸਾਰੀਆਂ ਭੈਣਾਂ ਇੱਕ ਇੱਕ ਕਰਕੇ ਜਿਲੇ ਬਿਲੇ ਲੱਗ ਗਈਆਂ ਬਸ ਇਹੋ ਹੀ ਸਿਰਫ ਰਹਿ ਗਈ ਇਹ ਅੱਜ ਜਦੋਂ ਸੁਲਤਾਨ ਦੀ ਮਾਂ ਨੇ ਹਾਮੀ ਭਰੀ ਸਤਪ੍ਰਾਈ ਦੇ ਬਾਪੂ ਨੂੰ ਇੰਜ ਲੱਗਾ ਜਿਸ ਤਰ੍ਹਾਂ ਮਨ ਪੱਕਾ ਭਾਰ ਉਹਦੇ ਸਿਰ ਤੋਂ ਲੈ ਗਿਆ ਹੁੰਦਾ। ਸ਼ੇਰ ਜ਼ਮਾਨ ਸਤਪ੍ਰਾਈ ਦਾ ਪਿਓ ਉੱਚ ਦੁਮਾਲੀਆ ਜ਼ਿਮੀਂਦਾਰ ਸੀ। ਪਰ ਇਹਨਾਂ ਸਤ ਧੀਆ ਨੇ ਉਹਦੇ ਵਿੱਚ ਕੁਝ ਨਹੀਂ ਸੀ ਰਹਿਣ ਦਿੱਤਾ। ਚੋਂਡ ਚੋਂਡ ਕੇ ਉਹਨੂੰ ਖਾ ਗਈਆਂ ਸਨ। ਇੱਕ ਹਫ਼ਤੇ ਸਤਪ੍ਰਾਈ ਦਾ ਨਿਕਾਹ ਹੋਇਆ। ਅਗਲੇ ਹਫ਼ਤੇ ਰੁਕਸਤੀ ਹੋ ਗਈ। ਢੋਲ ਵੱਜੇ ਚੰਦੋਏ ਲੱਗੇ ਦੇਗੇ ਪੱਕੇ ਕੁੱਕੜ ਕੁੱਠੇ ਹਲਵੇ ਓਡੇ ਦਾਰੂ ਚੜੇ ਦੋਆਂ ਧੇਰਾਂ ਵੱਲੋਂ ਕੋਈ ਕਸਰ ਨਾ ਰਹੀ ਕੋਈ ਅਰਮਾਨ ਨਾ ਰਿਆ ਸੁਲਤਾਨ ਆਪਣੀ ਵਿਧਵਾ ਮਾਂ ਦਾ ਇੱਕੋ ਇੱਕ ਪੁੱਤਰ ਸੀ ਤੇ ਸ਼ੇਰ ਜ਼ਮਾਨ ਨੇ ਸੋਚਿਆ ਆਖਰੀ ਧੀ ਹੈ ਕੀ ਲੋਕ ਯਾਦ ਕਰਨਗੇ ਸਤਪ੍ਰਾਈ ਉੰਜ ਵੀ ਆਪਣੇ ਘਰ ਚ ਸਭ ਤੋਂ ਨਿੱਕੀ ਪਰ ਸਭ ਤੋਂ ਸੋਹਣੀ ਕੁੜੀ ਸੀ ਪਰ ਮਹਿੰਦੀ ਨੇ ਉਸ ਤੇ ਵਾਹ ਵਾ ਰੰਗ ਚਾੜਿਆ ਸੀ ਦੋਆਂ ਧੇਰਾਂ ਨੇ ਗਹਿਣਿਆਂ ਨਾਲ ਉਹਨੂੰ ਲੱਦ ਦਿੱਤਾ ਕੜ-ਕੜ ਕਰਦੀਆਂ ਸੁਥਣਾ ਤੇ ਝਿਲਮਿਲ ਕਰਦੇ ਦੁਪੱਟਿਆਂ ਵਿੱਚ ਉਹਦਾ ਜੋ ਬੰਟਲ ਢਲ ਪੈਂਦਾ ਜਿਸ ਵੇੜੇ ਸੱਤ ਭرائی ਦਾ ਕਦਮ ਪਿਆ ਸੁਲਤਾਨ ਉਹਦਾ ਖਾਵੰਦ ਜਿਵੇਂ ਅੱਖੀਆਂ ਵਿੱਚ ਆਈ ਰੱਖਦਾ ਉਹਦੇ ਸੱਤਸੂ ਦੇ ਪੈਰਾਂ ਹੇਠਾਂ ਤਲੀਆਂ ਰੱਖਦੀ ਤੇ ਜੀ ਜੀ ਕਰਕੇ ਮਾਂ ਪੁੱਤਰ ਦੋਵੇਂ ਥੱਕਦੇ ਨਾ ਹਰ ਵੇਲੇ ਸੱਤ ਭرائی ਨੂੰ ਸਿਰ ਤੇ ਚੁੱਕੀ ਰੱਖਦੇ ਦਿਨ ਦਿਹਾੜੇ ਤੇ ਸੱਤ ਭرائی ਲਈ ਨਵੇਂ ਕੱਪੜੇ ਬਣਦੇ ਹੋਰ ਜੇਵਰ ਆਂਦੇ ਮੂਹ ਚੋ ਦੇ ਗੱਲ ਪਿੱਛੋਂ ਨਿਕਲਦੀ ਪਹਿਲੇ ਪੂਰੀ ਹੋ ਜਾਂਦੀ ਸਾਰਾ ਸਾਰਾ ਦਿਨ ਸੱਸ ਨੂੰ ਰਾਣੀ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਟੋਲਦੀ ਰਹਿੰਦੀ ਉਹਦੇ ਦੁਪੱਟਿਆਂ ਨੂੰ ਚੁੰਨਦੀ ਰਹਿੰਦੀ ਉਹਦੀਆਂ ਸਲਵਾਰਾਂ ਵਿੱਚ ਨਾਲੇ ਪਾਉਂਦੀ ਰਹਿੰਦੀ ਨੇਫਿਆਂ ਨੂੰ ਸਿੱਕੜਦੀ ਰਹਿੰਦੀ ਉਸ ਲਈ ਵਟਣਾ ਤਿਆਰ ਕਰਦੀ ਕਲੀਆਂ ਪਰੋਂਦੀ ਰਹਿੰਦੀ ਘੰਟਿਆਂ ਬੱਧੀ ਬੈਠੀ ਉਹਦੇ ਵਾਲਾਂ ਨੂੰ ਸਵਾਰਦੀ ਰਹਿੰਦੀ ਗਰਮੀਆਂ 'ਚ ਕਦੀ ਉਹਦੀ ਜੇ ਅੱਖ ਲੱਗ ਜਾਂਦੀ ਪੈਰ ਪੈਰ ਖੜੋਤੀ ਪੱਖੀ ਚੱਲਦੀ ਰਹਿੰਦੀ ਅੰਦਰਾਂ ਗੁੰਡਣਾ ਸਤੁਪਰਾਈ ਦੀ ਖਾਤਰ ਵੇਖ ਵੇਖ ਉਂਗਲਾਂ ਟੁਕ ਟੁਕ ਖਾਂਦੀਆਂ 헤 ਰਾਬੇ ਹੋ ਜੀਆਂ ਸਸਾਂ ਹੱਬੇ ਕੁਸੇ ਕੀ ਦੇ ਮੁਰ ਮੁਰ ਸਭ ਕਹਿੰਦੀਆਂ ਤੇ ਅਸਮਾਨਾਂ ਵੱਲ ਵੇਖਦੀਆਂ ਸੁਲਤਾਨ ਲੜਾਈ ਚ ਫਰਾਂਸ ਰਿਆ ਸੀ ਇੰਗਲਿਸਤਾਨ ਵੀ ਗਿਆ ਸੀ ਈਰਾਨ ਵਿੱਚ ਵੀ ਉਸ ਕੁਝ ਦਿਨ ਕੱਟੇ ਸਨ ਤੇ ਸਤੁਪਰਾਈ ਨੂੰ ਆਪਣਾ ਅੱਧਾ ਹਿੱਸਾ ਉਹ ਸਮਝਦਾ ਅੱਧੇ ਤੋਂ ਵੀ ਵਧੇਕ ਹਰ ਕੰਮੋਂ ਤੋਂ ਪੁੱਛ ਕੇ ਕਰਦਾ ਸਵੇਰੇ ਜਦੋਂ ਆਪ ਹੀ ਆਪ ਸੌਂ ਕੇ ਨਾ ਉੱਠ ਜਾਂਦੀ ਮਜਾਲ ਐ ਛੜੀ ਦਾ ਖੰਭ ਵੀ ਉਹਨਾਂ ਦੇ ਵਿਹੜੇ 'ਚ ਫਰਕ ਜਾਏ। ਜੀ ਜੀ ਕਰਕੇ ਉਹਦਾ ਮੂੰਹ ਪਿਆ ਸੁੱਕਦਾ। ਜਿੱਥੇ ਕਿਤੇ ਵੀ ਉਸ ਵਾਂਡੇ ਜਾਣਾ ਹੁੰਦਾ ਤ੍ਰਿਮਤ ਨੂੰ ਜ਼ਰੂਰ ਨਾਲ ਲੈ ਕੇ ਜਾਂਦਾ। ਉਸ ਲਈ ਦਰਵਾਜ਼ੇ 'ਤੇ ਖੁੱਲ੍ਹਦੇ ਪਰਦੇ 'ਤੇ ਉੱਠਦੇ ਕਮਰੇ 'ਚ ਉਹ ਕਦਮ ਪਾਂਦੀ ਤੇ ਸੁਲਤਾਨ ਹਮੇਸ਼ਾ ਉੱਠ ਕੇ ਉਹਦਾ ਸਵਾਗਤ ਕਰਦਾ। ਜੋ ਚਾਹੁੰਦੀ ਸਤ ਭਾਈ ਖਾਂਦੀ, ਜਿੱਥੇ ਚਾਹੁੰਦੀ ਬੈਠਦੀ, ਜੋ ਜੀ ਉਹਦਾ ਕਰਦਾ ਕਰਦੀ। ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ ਜੋ ਚਾਹੁੰਦੀ ਲੈਂਦੀ ਜਿੰਨਾ ਚਾਹੁੰਦੀ ਲੈਂਦੀ ਕੋਈ ਉਹਦਾ ਹਿੱਸਾ ਨਹੀਂ ਵੰਡਣ ਵਾਲਾ ਸੀ ਚਿਰਾਂ ਦੀਆਂ ਦੱਬੀਆਂ ਉਹਦੀਆਂ ਖਾਸ਼ਾ ਮੁੜ ਮੁੜ ਉਗੜ ਆਉਂਦੀਆਂ ਤੇ ਉਸਨੇ ਰੱਜ ਰੱਜ ਕੇ ਹਰ ਆਪਣੀ ਸੱਦਰ ਨੂੰ ਲਾਇਆ ਪਰ ਸੁਲਤਾਨ ਸੀ ਕਿ ਉਹਦਾ ਹੌਸਲਾ ਟੁੱਟਣ ਚੀ ਨਾ ਹੁੰਦਾ ਉਹਦੀ ਸੱਸ ਦਾ ਪਿਆਰ ਨਿੱਤੋਂ ਦੇ ਲਈ ਜਿਵੇਂ ਨਵਾਂ ਨਵਾਂ ਹੁੰਦਾ ਉਹਦੇ ਲਈ ਮੱਝੀਆਂ ਸਨ, ਗਾਵਾਂ ਸਨ, ਨੌਕਰ ਸਨ, ਬਾਂਦੀਆਂ ਸਨ, ਬਾਗ ਸੀ, ਖੇਤ ਸਨ, ਕੱਪੜੇ ਸਨ, ਗਹਿਣੇ ਸਨ, ਪਿੰਗਾ ਸਨ, ਢੋਲਕ ਸੀ, ਸਹੇਲੀਆਂ ਸਨ, ਖਾਵੰਦ ਸੀ ਤੇ ਜਿਸ ਲਈ ਕੁੱਲ ਪਿੰਡ ਦੀਆਂ ਕੁੜੀਆਂ ਲੱਖ ਲੱਖ ਵਾਰ ਮਰਨ ਲਈ ਤਿਆਰ ਹੁੰਦੀਆਂ ਸੱਸ ਸੀ ਜਿਹਦੇ ਗੁਣ ਗਾਗਾ ਗੌਂਡਣਾ ਕਦੀ ਥੱਕਦੀਆਂ ਨਹੀਂ ਸਨ ਤਾਂ ਵੀ ਸੱਤ ਭਰਾਈ ਜਦੋਂ ਪੇਕਿਆਂ ਦੇ ਆਂਦੀ ਉਹਦਾ ਸਹਰੇ ਘਰ ਜਾਣ ਨੂੰ ਜਿਵੇਂ ਜੀ ਨਾ ਕਰਦਾ ਉਹ ਆਪ ਹੈਰਾਨ ਸੀ ਪੇਕੇ ਘਰ ਉਹਦੀ ਗੱਲ ਗੱਲ ਤੇ ਟੋਕ ਹੁੰਦੀ ਹਰ ਚੀਜ਼ ਵੰਡੀ ਕੇ ਮਿਲਦੀ ਖੋ ਖੋ ਕੇ ਚੀਜ਼ਾਂ ਉਹ ਖਾਂਦੀ ਸੁੱਤੀ ਸੁੱਤੀ ਕਿਤੇ ਉਹਨੂੰ ਦੇਰ ਹੋ ਜਾਏ ਉਹਦੀ ਮਾਂ ਉਹਨੂੰ ਇੰਜ ਹੀ ਝਿੜਕਦੀ ਸੀ ਜਿਵੇਂ ਕੁਵਾਰਿਆਂ ਉਸਤੇ ਖੌਂ ਖੌਂ ਹੁੰਦੀ ਰਹਿੰਦੀ ਸੀ ਪੇਕੇ ਘਰ ਸੱਤ ਭਾਈ ਨੂੰ ਆਪਣੀ ਬੁੱਢੀ ਮਾਂ ਦਾ ਕੰਮ ਵਿੱਚ ਹੱਥ ਵੀ ਵੰਡਾਉਣਾ ਪੈਂਦਾ ਐਡੀ ਵੱਡੀ ਹਵੇਲੀ ਨੂੰ ਝਾੜੂ ਦੇਣਾ ਹੁੰਦਾ ਤੰਦੂਰ ਤੇ ਰੋਟੀਆਂ ਲਾਣੀਆਂ ਲਾਣੀਆਂ ਲਾਉਣੀਆਂ ਹੁੰਦੀਆਂ ਕੱਪੜੇ ਧੋਣੇ ਹੁੰਦੇ ਮਾਲ ਡੰਗਰ ਨੂੰ ਗਤਾਵਾ ਪਾਣਾ ਹੁੰਦਾ ਪੱਠੇ ਟੁੱਕਣੇ ਹੁੰਦੇ ਢੇਰ ਕੰਮ ਉਹ ਕਰਦੀ ਤੇ ਜੇ ਕਿਤੇ ਅਵੇਸਲੀ ਹੁੰਦੀ ਉਹਦੀ ਮਾਂ ਦੇ ਮੱਥੇ ਤੇ ਤੇਵੜੀ ਪਈ ਰਹਿੰਦੀ ਉਹਦਾ ਪਿਓ ਕਦੀ ਉਹਨੂੰ ਬਾਹਰ ਨਾ ਨਿਕਲਣ ਦਿੰਦਾ ਕੋਠੇ ਤੇ ਉਹ ਨਹੀਂ ਸੀ ਬੈਠ ਸਕਦੀ ਮਜਾਹਲ ਹੈ ਉਹਦੇ ਸਿਰ ਉਨ ਚੁੰਨੀ ਤਿਲਕ ਜਾਈ ਸਿਰ ਮੇ ਖਿਚ ਲਾਂਦਾ ਸੀ ਉਹਦਾ ਪਿਓ ਕੁੜੀਆਂ ਕੀ ਕਹਿ ਲੱਗੇ ਤੇ ਹੱਸਣੇ ਕੀ ਕਹਿ ਲੱਗੇ ਉਹਦਾ ਪਿਓ ਕਹਿੰਦਾ ਸੀ ਕਿਸੇ ਉਹਦੀ ਧੀ ਦਾ ਉੱਚੀ ਆਵਾਜ਼ ਨਹੀਂ ਸੀ ਕਦੀ ਨਿਕਲਿਆ ਉਹਦੀਆਂ ਭੈਣਾਂ ਉਹਦੇ ਕੱਪੜਿਆਂ ਨੂੰ ਵੇਖ ਕੇ ਮਿਹਣੇ ਟਣੋਕੇ ਮਾਰਦੀਆਂ ਉਹਦੇ ਜੇਵਰ ਨੂੰ ਵੇਖ ਵੇਖ ਸਾੜਾ ਕਰਦੀਆਂ ਨਿੱਕੀਆਂ ਨਿੱਕੀਆਂ ਉਹਦੀਆਂ ਗੱਲਾਂ ਤੇ ਹੱਸਦੀਆਂ ਉਹਦੀਆਂ ਗੁੰਡਣਾ ਅੱਲੇ-ਮੱਲੇ ਵਾਲੀਆਂ ਸਭ ਉਹਨੂੰ ਅਜੇ ਵੀ ਸੱਤੋ-ਸੱਤੋ ਕਰਕੇ ਸੱਦਦੀਆਂ ਕਈ ਤੇ ਬੁਲਾਉਂਦੀਆਂ ਹੀ ਉਹਨੂੰ ਬਲੱਲੀ ਸਨ ਤਾਂ ਵੀ ਆਪਣੇ ਸਹੁਰੇ ਘਰ ਦੀ ਸਵਰਗ ਵਿੱਚ ਸੱਤ ਭੜਾਈ ਦਾ ਜਿਵੇਂ ਜੀ ਕਾਲਾ ਪੈਂਦਾ ਨਿੱਕੀ-ਨਿੱਕੀ ਗੱਲ ਤੇ ਉਹ ਖਿੱਚ-ਖਿਜ ਉੱਠਦੀ ਹਰ ਵੇਲੇ ਉਖੜੀ-ਉਖੜੀ ਰਹਿੰਦੀ ਨਾ ਸਵਾਦ ਦਾ ਖਾਂਦੀ ਨ ਸਵਾਦ ਦਾ ਪੀਂਦੀ ਨਾ ਕਿਸੇ ਨਾਲ ਕਦੀ ਰਲ ਕੇ ਬਹਿੰਦੀ ਤੇ ਜਿਸ ਤਰ੍ਹਾਂ ਉਹ ਨੂੰ ਹੱਸੜ ਜੇ ਉੱਠਦੇ ਰਹਿੰਦੇ ਹਰ ਗੱਲ ਤੇ ਪਈ ਨੱਕ ਵੱਟਦੀ ਬਿਨਾਂ ਕਿਸੇ ਕਾਰਨ ਦੇ ਖਫਾ ਹੋਣ ਦਾ ਉਹਦਾ ਜੀ ਕਰਦਾ ਉਹਦੀ ਸੱਸ ਹੈਰਾਨ ਸੀ ਸੁਲਤਾਨ ਉਹਦੇ ਖਾਵੰਦ ਨੂੰ ਕੁਝ ਨਾ ਸਮਝਾਂਗੇ ਸੁਲਤਾਨ ਸੋਚਦਾ ਆਖਰ ਔਰਤ ਹੈ ਆਖਰ ਮੇਰੀ ਤਰੀਮਤ ਹੈ ਕੁਛੇਰ ਬਾਅਦ ਮੇਰੇ ਬੱਚੇ ਦੀ ਮਾਂ ਹੋਣ ਵਾਲੀ ਹੈ ਤੇ ਦਰਿਆ ਦਿਲ ਸੁਲਤਾਨ ਦਰਗੁਜ਼ਰ ਕਰਦਾ ਜਾਂਦਾ ਕਰਦਾ ਜਾਂਦਾ ਫਿਰ ਸਤ ਪਹੜਾਈ ਦੇ ਘਰ ਇੱਕ ਬਾਲ ਜੰਮਿਆ ਚਿੱਟਾ ਚਿੱਟਾ ਦੁੱਧ ਕਾਲੀਆਂ ਕਾਲੀਆਂ ਮੋਟੀਆਂ ਅੱਖਾਂ ਚੌੜਾ ਮੱਥਾ ਪਰ ਤਾਂ ਵੀ ਉਹਦਾ ਦਿਲ ਕਿਸੇ ਤਰ੍ਹਾਂ ਜੰਮ ਨਾ ਸਕਿਆ ਉਹਦੇ ਕੱਪੜੇ ਮੈਲੇ ਹੁੰਦੇ ਤਾਂ ਕਿੰਨੇ ਕਿੰਨੇ ਦਿਨ ਚਿੱਕੜ ਮੈਲੇ ਕੱਪੜੇ ਪਾਈ ਰੱਖਦੀ ਜਿੱਥੇ ਚੀਜ਼ ਰੱਖਦੀ ਕਮਰੇ ਚੋਂਥੀ ਉੱਥੇ ਪਈ ਰੁੱਲ ਜਾਂਦੀ ਕਦੀ ਨਾ ਸਾਫਦੀ ਤੇ ਜਿਹਨੂੰ ਬੋਲਦੀ ਕਬੂਲ ਬੋਲਦੀ ਨੁਕਰਾਂ ਨੁਕਰਾਨੀਆਂ ਨੂੰ ਖਾਣ ਨੂੰ ਪੈਂਦੀ ਆਂਡ ਗੁਆਂਡ ਕਿਸੇ ਨਾਲ ਉਹਦੀ ਨਾ ਬਣੀ ਸੱਸ ਨਾਲ ਬਤਮੀਜ਼ੀ ਉਸ ਸ਼ੁਰੂ ਕਰ ਦਿੱਤੀ ਗੁੱਸੇ ਵਿੱਚ ਕਈ ਵਾਰ ਖਾਵਨ ਦਾ ਲਿਹਾਜ ਨਾ ਕਰਦੀ ਬੱਚਾ ਉਹਦਾ ਹਰ ਵੇਲੇ ਜਿਵੇਂ ਰੋਲਿਆ ਰਹਿੰਦਾ ਹਮੇਸ਼ਾ ਕੋਸ਼ਿਸ਼ ਉਹਦੀ ਹੁੰਦੀ ਕਿਸੇ ਤਰ੍ਹਾਂ ਪਿੱਕੇ ਜਾਏ ਪਿੱਕੇ ਜਾ ਕੇ ਫਿਰ ਵਾਪਸ ਆਉਣ ਦਾ ਨਾਂ ਤੱਕ ਨਾ ਲੈਂਦੀ ਸੁਲਤਾਨ ਆਖਰ ਸਹੁਰੇ ਘਰ ਕਿੰਨਾ ਚਿਰ ਰਹਿ ਸਕਦਾ ਸੀ ਤੇ ਸੁਲਤਾਨ ਇਸ ਗੱਲ ਤੇ ਮੁਰਮੁੜ ਹੈਰਾਨ ਹੁੰਦਾ ਮਾਪਿਆਂ ਦੇ ਘਰ ਸੱਤ ਭਰਾਈ ਦੇ ਜਿਵੇਂ 7 ਤੇ 20 ਖੈਰੀ ਹੋ ਜਾਂਦੇ ਨਾ ਲੜੂ ਲੜੂਂ ਕਰਦੀ ਨਾ ਕਰੇ ਜਦੀ ਨਾ ਖਫਾ ਹੁੰਦੀ ਨਾ ਕਦੀ ਬੱਝਬਾਨੀ ਕਰਦੀ ਸਾਰਾ ਸਾਰਾ ਦਿਨ ਹੱਸਦੀ ਰਹਿੰਦੀ ਸਾਰਾ ਸਾਰਾ ਦਿਨ ਖੇਡਦੀ ਰਹਿੰਦੀ ਤੇ ਸਹੁਰੇ ਘਰ ਆ ਕੇ ਫਿਰ ਉਂਝ ਦੀ ਉਂਝ ਸੁਲਤਾਨ ਹੋਰ ਹੋਰ ਉਹਦੇ ਤੇ ਜਾਨ ਦਿੰਦਾ ਜ਼ਰਾ ਜ਼ਰਾ ਨਿੱਕੀ ਨਿੱਕੀ ਉਹਦੀ ਜ਼ਰੂਰਤਾਂ ਖਿਆਲ ਰੱਖਦਾ ਪਰ ਜਿਉਂ-ਜਿਉਂ ਸੁਲਤਾਨ ਉਹਦੀ ਪ੍ਰਵਾਹ ਕਰਦਾ ਤਿਉ ਤਿਉ ਜਿਵੇਂ ਸੱਤ ਭੜਾਈ ਜ਼ਿਆਦਾ ਜ਼ਿਆਦਾ ਵਿਗੜਦੀ ਸੁਲਤਾਨ ਨੂੰ ਆਪਣੇ ਬੱਚੇ ਤੇ ਤਰਸ ਆਉਂਦਾ ਮੱਖੀਆਂ ਉਹਤੇ ਭਿੰਣ-ਭਿੰਣ ਕਰਦੀਆਂ ਰਹਿੰਦੀਆਂ ਤੇ ਜੇ ਉਹਦੀਆਂ ਅੱਖਾਂ ਦੁਖਣ ਚਾਈਆਂ ਤਾਂ ਬਸ ਦੁਖਦੀਆਂ ਹੀ ਗਈਆਂ ਹੋਰ-ਹੋਰ ਖਰਾਬ ਹੁੰਦੀਆਂ ਗਈਆਂ ਉਹਦੇ ਮੂੰਹ ਤੇ ਲੂਤ ਨਿਕਲ ਆਈ ਨਿੱਕੇ-ਨਿੱਕੇ ਦਾਣਿਆਂ ਨਾਲ ਉਹਦਾ ਜਿਸਮ ਭਰਿਆ ਰਹਿੰਦਾ ਕੁੱਤੇ ਆ ਕੇ ਬਰਤਨਾ ਚ ਮੂੰਹ ਮਾਰਦੇ ਰਹਿੰਦੇ ਕਾਂ ਆ ਕੇ ਚੀਜ਼ਾਂ ਨੂੰ ਚੁੰਡਦੇ ਰਹਿੰਦੇ ਫਾਲਪੇ ਤਰੱਕ ਜਾਂਦੇ ਸਬਜ਼ੀਆਂ ਢੇਰਾਂ ਦੇ ਢੇਰ ਸੜ ਜਾਂਦੀਆਂ ਮੈਲੇ ਕੱਪੜਿਆਂ ਤੇ ਅੰਬਾਰ ਲੱਗ ਜਾਂਦੇ ਇੱਥੋਂ ਤੱਕ ਕਿ ਪਾਣ ਲਈ ਸੁਲਤਾਨ ਕੋਲ ਕੋਈ ਲੀੜਾ ਨਾ ਬਚਦਾ ਤਾਂ ਵੀ ਛਿੰਬੇ ਨੂੰ ਜਦੋਂ ਵੀ ਬੁਲਾਏ ਸੁਲਤਾਨ ਹੀ ਬੁਲਾਏ ਜੀ ਜੀ ਕਰਕੇ ਕਰਦੇ ਸੁਲਤਾਨ ਨੂੰ ਅੱਗੋਂ ਤੂੰ ਕਰਕੇ ਜਵਾਬ ਦਿੰਦੀ ਚਾਰੇ ਕੱਪੜੇ ਜਿਸ ਤਰ੍ਹਾਂ ਉਹਦੇ ਅੱਗੇ ਇਹਦੇ ਅੱਗੇ ਲੱਗ ਜਾਂਦੇ ਸਵੇਰੇ ਸੁਲਤਾਨ ਉੱਠ ਕੇ ਕੰਮ ਨੂੰ ਜਾਂਦਾ ਸਤ ਭرائی ਸੁੱਤੀ ਪਈ ਹੁੰਦੀ ਦੁਪਹਿਰ ਨੂੰ ਆਂਦਾ ਉਸੁੱਤੀ ਵੀ ਹੁੰਦੀ ਸ਼ਾਮੀ ਜੇ ਉਹਨੂੰ ਜ਼ਰਾ ਵੀ ਦੇਰ ਹੋ ਜਾਏ ਸੌ ਜਾਂਦੀ ਤੇ ਇੱਕ ਦਿਨ ਸੁਲਤਾਨ ਜਦੋਂ ਬਾਹਰੋਂ ਆਇਆ ਵਿੜੇ ਜੋ ਆਪਣੀ ਸੱਸ ਨਾਲ ਖਫਾ ਹੋ ਰਹੀ ਸੀ ਤੇ ਸੱਸ ਵਿਚਾਰੀ ਹੱਥ ਜੋੜ ਜੋੜੋਂ ਨੂੰ ਹੌਲੇ ਬੋਲਣ ਲਈ ਮਿੰਨਤ ਵੀ ਕਰ ਰਹੀ ਸੀ ਸੁਲਤਾਨ ਜਿਸ ਤਰ੍ਹਾਂ ਹੱਕਾ ਵਕਾ ਰਹਿ ਗਿਆ ਅੱਖ ਦੇ ਫੇਰ ਚ ਉਹਦੇ ਦਿਲ ਦੇ ਜਿਵੇਂ ਲੱਖ ਟੁਕੜੇ ਹੋ ਗਏ ਹੈ ਸੌਰੀ ਉਹਨੇ ਅਖੀਰ ਆਪਣੇ ਬੁੱਲਾਂ ਚ ਮੁਰ ਬੁੜਬੜਾਇਆ ਤੇ ਜਿਸ ਤਰ੍ਹਾਂ ਆਪਣੇ ਤ੍ਰੀਮਤ ਨੂੰ ਮਨੋ ਚਿੱਤੋਂ ਲਾ ਕੇ ਸੁੱਟ ਦਿੰਦਾ ਉਸ ਦਿਨ ਤੋਂ ਸੁਲਤਾਨ ਸਰਗੀ ਵੇਲੇ ਬਾਹਰ ਨਿਕਲ ਜਾਂਦਾ ਅੱਧੀ ਰਾਤ ਪੈ ਘਰ ਨੂੰ ਮੁੜ ਕੇ ਆਉਂਦਾ ਉਹਦੇ ਬੁੱਲ ਸੁਜੇ ਹੋਈ ਹੁੰਦੀ ਉਹਦੀਆਂ ਅੱਖਾਂ ਲਾਲ ਲਾਲ ਫਟਣ ਨੂੰ ਪਈਆਂ ਹੁੰਦੀਆਂ ਉਹਦੇ ਮੂੰਹ ਚੋਂ ਦਾਰੂ ਦੀ ਬੂਹ ਆਉਂਦੀ ਤੇ ਜਦੋਂ ਘਰ ਹੁੰਦਾ ਕੋਠੇ ਤੇ ਚੜ ਕੇ ਪੈਲਾ ਪਾਉਂਦਾ ਰਹਿੰਦਾ ਉਹਨਾਂ ਦੀਆਂ ਅੰਗਵੰਢਾਂ ਮੱਚ ਮੱਚ ਬੈਂਦੀਆਂ ਸੱਜ ਸੱਜ ਨਿਕਲਦੀਆਂ ਸ਼ੁਰੂ ਵਿੱਚ ਹੀ ਮਾਨੇ ਮਾਨ ਬੁੜਬੜਾਉਂਦਾ ਫਿਰ ਸੁਲਤਾਨ ਉੱਚੇ ਉੱਚੇ ਗਾਣਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹ ਸੌਰੀ ਹਰ ਗੱਲ ਤੇ ਉਹਨੂੰ ਕਹਿੰਦਾ ਤੇ ਕੁੱਤਿਆਂ ਵਾਂਗ ਉਹਨੂੰ ਦਰਕਾਰੀ ਰੱਖਦਾ ਸੱਤ ਭرائی ਲਈ ਨਵੇਂ ਤਰੇਵਰ ਬਣਵਾਣੇ ਖਤਮ ਹੋ ਗਏ ਉਸ ਲਈ ਜੇਵਰ ਬਣਨੇ ਬੰਦ ਹੋ ਗਏ ਇੱਕ ਇੱਕ ਕਰਕੇ ਸੁਲਤਾਨ ਨੇ ਨੌਕਰਾਂ ਨੂੰ ਜਵਾਬ ਦੇ ਦਿੱਤਾ ਸੱਤ ਭرائی ਨੂੰ ਆਪ ਕੱਢਣਾ ਪੈਂਦਾ ਆਪ ਪਕਾਣਾ ਪੈਂਦਾ ਸੱਤ-ਸੱਤ ਵਾਰੀ ਇੱਕ ਇੱਕ ਚੀਜ਼ ਲਈ ਕਹਿੰਦੀ ਤਾਂ ਕਿਤੇ ਘਰ ਚ ਆਉਂਦੀ ਤੇ ਉਹ ਵੀ ਅੱਧੀ ਪਚਦੀ ਮਿੰਗੀ ਪੇਕੇ ਗੱchnਾ ਸੱਤ ਭرائی ਕਹਿੰਦੀ ਉਹ ਸੌਰੀ ਸੁਲਤਾਨ ਦਾ ਜਵਾਬ ਹੁੰਦਾ ਮੈਂ ਅਜਵਲ ਵੱਲ ਜਈ ਨਾ ਕਦੀ ਉਹ ਸ਼ਿਕਾਇਤ ਕਰਦੀ ਹੋ ਸੌਰੀ ਸੁਲਤਾਨ ਕਹਿ ਕੇ ਮੂੰਹ ਮੋੜ ਛੇੜਦਾ ਘਰ ਸ਼ੱਕਰ ਨਹੀਂ ਉਹ ਦੱਸਦੇ ਹੋ ਸੌਰੀ ਸੁਲਤਾਨ ਨੂੰ ਚੁੱਪ ਕਰਾ ਦਿੰਦਾ ਪਰ ਸੁਲਤਾਨ ਹੈਰਾਨ ਸੀ ਜੇ ਜੋ ਉਹ ਸਖਤੀ ਕਰਦਾ ਸਤਪ੍ਰਾਈ ਤੇ ਉਹ ਨਿੱਖਰਦੀ ਆਂਦੀ ਸਾਰਾ ਸਾਰਾ ਦਿਨ ਅੱਜ ਕੱਲ ਘਰ ਦਾ ਕੰਮ ਕਾਜ ਕਰਦੀ ਤਿੰਨ ਤਿੰਨ ਟਿੰਡਾਂ ਸਿਰ ਤੇ ਚੁੱਕੇ ਖੂਹ ਤੋਂ ਪਾਣੀ ਭਰ ਲਿਆਉਂਦੀ ਜਦੋਂ ਤੇ ਨੌਕਰ ਗਏ ਕਮਰਿਆਂ ਨੂੰ ਵੇੜੇ ਨੂੰ ਸਾਫ਼ ਸੁਥਰਾ ਰੱਖਦੇ ਉਹਦਾ ਚੌਂਕਾ ਜਿਵੇਂ ਸ਼ੀਸ਼ੇ ਵਾਂਗ ਚਮਕ ਰਿਹਾ ਹੁੰਦਾ ਪੰਡ ਕੱਪੜਿਆਂ ਦੀ ਆਪ ਧੌਂਦੀ ਆਪ ਮਾਇ ਲਾਂਦੀ ਆਪ ਇਸਤਰੀ ਕਰਦੀ ਬੱਚੇ ਨੂੰ ਸਵਾਰਦੀ ਸਿੱਕਰਦੀ ਰਹਿੰਦੀ ਤੇ ਕਦੀ ਜੇ ਸੁਲਤਾਨ ਉਸ ਨਾਲ ਹੱਸ ਖੇਡ ਲਵੇ ਸੱਤ ਭਰਾਏ ਨੂੰ ਡਾਟਾ ਚੰਗਾ ਲੱਗਦਾ ਤੇ ਜਿੰਨਾ ਚਿਰ ਸੁਲਤਾਨ ਬਾਹਰੋਂ ਨਾ ਲੈਂਦਾ ਅੱਜ ਕੱਲ ਉਹ ਕਦੀ ਰੋਟੀ ਨਾ ਖਾਂਦੇ ਜਿਉ ਜੋ ਰਾਤ ਗੁਜ਼ਰਦੀ ਉਹ ਬਾਗ ਗਲੀ ਚ ਮੁੰਮੁੜ ਝਾਕਦੀ ਬਨੇਰੇ ਤੇ ਬਹਿ ਕੇ ਉਡੀਕਣਾ ਸ਼ੁਰੂ ਕਰ ਦਿੰਦੇ ਉਦੀ ਗਵੰਡਣਾ ਚੋਣਾ ਪਾਪਾ 26 ਦੀਆਂ ਤਿੱਤਰ ਖੰਭੀਆਂ ਚੁੰਨੀਆਂ ਔੜਦੀਆਂ ਤੇ ਅੱਜ ਕੱਲ ਉਹਨਾਂ ਤੋਂ ਦੋ ਕਦਮ ਵੱਧ ਕੇ ਸ਼ਿੰਗਾਰ ਕਰਦੀ। ਛੁੱਟੀ ਵਾਲੇ ਰੋਜ਼ ਨਿੱਕੀਆਂ ਨਿੱਕੀਆਂ ਗੱਲਾਂ ਕਰ ਸੁਲਤਾਨ ਨੂੰ ਹੀਠ ਵੇੜੇ 'ਚ ਗੱਲੇ ਕੱਥੇ ਲਾਈ ਰੱਖਣ ਦੀ ਕੋਸ਼ਿਸ਼ ਕਰਦੀ ਕਿ ਤੇ ਉਹ ਛੱਤ ਤੇ ਜਾ ਕੇ ਨਾ ਬਹਿ ਜਾਏ। ਟੱਲਣਾ ਸ਼ੁਰੂ ਕਰ ਦਏ ਜਿੱਥੋਂ ਕਈ ਵੇੜੇ ਵਿਖਾਈ ਦਿੰਦੇ ਸਨ। ਸਤਪ੍ਰਾਈ ਹੋਰ ਦੀ ਹੋਰ ਹੋ ਰਹੀ ਸੀ। ਪਰ ਸੁਲਤਾਨ ਜੇਕ ਵਾਰ ਖਰਵਾ ਜੱਟ ਜਾਗਿਆ ਤੇ ਫੇਰ ਇਸ ਚਿੱਕੜ ਤੋਂ ਨਿਕਲਣ ਜੇਵੇ ਉਸ ਲਈ ਡਾਡਾ ਮੁਸ਼ਕਿਲ ਹੋ ਗਿਆ ਸੱਤ ਭرائی ਦੀ ਸੁਗੜਾਪੇ ਤੇ ਸੱਤ ਭرائی ਦੀ ਸਫਾਈ ਤੇ ਸੱਤ ਭرائی ਦੇ ਸੁਚੱਜੇ ਪੰਤੇ ਸੁਲਤਾਨ ਅਜਕਲ ਹੈਰਾਨ ਭਿਆਉਂਦਾ ਜੀ ਜੀ ਕਰਕੇ ਘਰ ਵਾਲਿਆਂ ਨੂੰ ਬੋਲਦੀ ਹੱਸ-ਹੱਸ ਕੇ ਗਵੰਡਾ ਨਾਲ ਮਿਲਵਰਤਨ ਲੱਕਦੀ ਸੱਸ ਆਪਣੀ ਨੂੰ ਮੰਜੀ ਤੋਂ ਹੀ ਠੱਕ ਕਦੀ ਕਦਮ ਨਾ ਪਾਣ ਦਿੰਦੀ ਤੇ ਸੁਲਤਾਨ ਨੂੰ ਆਪਣੇ ਆਪ ਤੇ ਡਾਢੀ ਸ਼ਰਮ ਆਂਦੀ ਪਰ ਫੇਰ ਸੁਲਤਾਨ ਸੋਚਦਾ ਉਹ ਬਾਕੀ ਪਿੰਡ ਦੇ ਖਾ ਬੰਦਾ ਵਰਗਾ ਖਾ ਬੰਦ ਸੀ ਉਸ 'ਚ ਕੋਈ ਵੱਖਰੀ ਵਿਧਿਕੀ ਥੋੜੀ ਸੀ ਤੇ ਉੰਜ ਹੀ ਰਾਤੀ ਚਿਰ ਕਾਂ ਆਂਦਾ ਬੁਲਕ ਬੁਲ ਬੋਲਦਾ ਰਹਿੰਦਾ ਘਰ ਹੁੰਦਾ ਤੇ ਕੁੱਤੇਆਂ ਕਬੂਤਰਾਂ ਨਾਲ ਚਿਮਟਿਆ ਰਹਿੰਦਾ ਪਿੰਡ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਸੁਲਤਾਨ ਤੇ ਸੁਲਤਾਨ ਦੀਆਂ ਗੁੰਡੜਾਂ ਦੀਆਂ ਚੱਲ ਪਈਆਂ ਤਾਂ ਵੀ ਸੱਤ ਭਰਾਈ ਅੱਖ 'ਚ ਪਾਇਆ ਨਾ ਰੜਕਦੀ ਇੱਕ ਬੱਚਾ ਉਹਦਾ ਹੋਰ ਹੋ ਗਿਆ ਸੀ ਲਾਲਾ ਵਾਂਗ ਦੋਵੇਂ ਬੱਚੇ ਉਹਦੇ ਹਸੂ ਹਸੂ ਕਰਦੇ ਰਹਿੰਦੇ ਸਾਰੀ ਦਾ ਸਾਰੀ ਹਵੇਲੀ ਲੰਬੀ ਪੋਚੀ ਲਿਸ਼ਕੀ ਪੁਸ਼ਕੀ ਰਹਿੰਦੀ ਸੱਤ ਭرائی ਦੀਆਂ ਪੱਕੀਆਂ ਚੀਜ਼ਾਂ ਖਾਣ ਵਾਲੇ ਉਂਗਲਾਂ ਟੁਕ ਟੁਕ ਖਾਂਦੇ ਪਰ ਸੁਲਤਾਨ ਵਿੱਚ ਦੀ ਸ਼ਰਾਫਤ ਜਿਵੇਂ ਹਮੇਸ਼ਾ ਲਈ ਮਰ ਗਈ ਸੀ ਇੱਕ ਰੋਜ਼ ਸਵੇਰੇ ਅਚਾਨਕ ਸੱਤ ਭرائی ਦੇ ਹੱਥੋਂ ਇੱਕ ਕੱਚ ਦਾ ਗਲਾਸ ਛੁਰਕ ਕੇ ਚੀਨਾ ਚੀਨਾ ਹੋ ਗਿਆ ਤੇ ਸਾਹਮਣੇ ਖਲੋਤੇ ਸੁਲਤਾਨ ਨੇ ਨਾਹੀਲ ਕੀਤੀ ਨਾ ਦਲੀਲ ਬੈਨ ਚੁੱਕ ਕੇ ਅੱਖ ਦੇ ਫੋਰਚ ਤ੍ਰੀਮਤ ਨੂੰ ਝੰਬ ਸੁਟਿਆ ਸਤਪ੍ਰਾਈ ਡਾਡੀ ਘਰ ਲਈ ਉਹਦੀਆਂ ਚੀਖਾਂ ਸੁਣ ਕੇ ਆਂਗ ਗਵਾਂਡ ਇਕੱਠਾ ਹੋ ਗਿਆ ਸੁਲਤਾਨ ਸੌਰੀ ਸੌਰੀ ਕਰਦਾ ਬਾਹਰ ਨਿਕਲ ਗਿਆ ਤੇ ਦੁਪਹਿਰੇ ਜਦੋਂ ਖਾਣਾ ਖਾਣਾ ਆ ਸੁਲਤਾਨ ਨੇ ਸਤਪ੍ਰਾਈ ਨੂੰ ਨਾ ਬੁਲਾਇਆ ਥਾਲ ਪਰੋਸ ਕਿਉਂ ਨੇ ਉਹਦੇ ਅੱਗੇ ਰੱਖਿਆ ਜਿੰਨਾ ਚਿਰ ਉਹ ਖਾਂਦਾ ਰਿਹਾ ਕੋਲ ਬੈਠੀ ਉਹਨੂੰ ਪੱਖੀ ਚੱਲਦੀ ਰਹੀ ਸਭ ਤੋਂ ਜ਼ਿਆਦਾ ਜਿਹੜਾ ਸੁਲਤਾਨ ਨੂੰ ਚੰਗਾ ਲੱਗਦਾ ਉਹ ਸੂਟ ਸਤਪ੍ਰਾਈ ਨੇ ਪਾਇਆ ਸੀ ਸਾਫ ਸੁਥਰੇ ਖਿੜ ਖਿੜ ਹੱਸਦੇ ਉਹਦੇ ਦੋਵੇਂ ਬੱਚੇ ਅੱਗੇ ਪਿੱਛੇ ਖੇਡਦੇ ਰਹੇ ਸੁਲਤਾਨ ਪਰ ਸੁਜਿਆ ਪੁਜਿਆ ਚੁੱਪ ਗੁੜ ਪੁੰਜਦਾ ਉੰਜ ਫੇਰ ਕੰਮ ਤੇ ਚਲਾ ਗਿਆ ਸ਼ਾਮੀ ਸੁਲਤਾਨ ਹਰ ਰੋਜ਼ ਦੀ ਤਰ੍ਹਾਂ ਚਿਰ ਕਰਕੇ ਮੁੜਿਆ ਸੀ ਸਤਪ੍ਰਾਈ ਦਾ ਦਿਲ ਜਿਵੇਂ ਅੱਜ ਡਾਡਾ ਕਾਲਾ ਪਹਿਰਿਆ ਹੋਵੇ ਸਤ ਕਲੀਆਂ ਪਲਾ ਉਸ ਲਈ ਉਹ ਤਿਆਰ ਕਰ ਚੁੱਕੀ ਸੀ ਉਹਦੇ ਬਿਸਤਰੇ ਤੇ ਛੀਂਬੀ ਦੀਆਂ ਤੋਤੀਆਂ ਦੁੱਧ ਚਟਕੀਆਂ ਚਾਦਰਾਂ ਵਿਛਾ ਚੁੱਕੀਆਂ ਸੀ ਉਹਦੇ ਨਹਾਣ ਲਈ ਤਿੰਨ ਬਾਲਟੀਆਂ ਪਾਣੀ ਦੀਆਂ ਭਰੀਆਂ ਪਈਆਂ ਸਨ ਬੁਰਦਾਰ ਤ올ੀਆਂ ਨੇ ਕੱਢ ਕੇ ਰੱਖਿਆ ਹੋਇਆ ਸੀ ਤੇ ਸ਼ਾਮੀ ਮੁੜ ਕੇ ਦੰਦਾਸੇ ਨਾਲ ਸੁਰਖਾਏ ਸਤਪ੍ਰਾਈ ਦੇ ਬੁੱਲ ਖੁਸ਼ਬੂਆਂ ਨਾਲ ਨਿਚੜੇ ਉਹਦੇ ਵਾਲ ਚਿੜੀਆਂ ਤੋਤਿਆਂ ਨਾਲ ਸਜਾਇਆ ਉਹਦਾ ਮੱਥਾ ਦੁੱਧ ਚਿੱਟਾ ਅੱਕੜੇ ਦਾ ਉਹਦਾ ਛਿੰਚਿੰ ਕਰਦਾ ਸੂਟ 26 ਦੀ ਉਹਦੀ ਪੋਟਿਆਂ ਨਾਲ ਚੁਣੀ ਚੁੰਨੀ ਤੇ ਜਦੋਂ ਤਾਰੇ ਨਿਕਲਨੇ ਸ਼ੁਰੂ ਹੋਏ ਸਤਪ੍ਰਾਈ ਬਨੇਰੇ ਤੇ ਜਾ ਬੈਠੀ ਜਿਵੇਂ ਜੋ ਸਮਾ ਲੰਗਦਾ ਗਿਆ ਉਹ ਮੁਰਮੁਰ ਛੱਤ ਤੇ ਟਹਿਲਦੀ ਕਦੀ ਆਪਣੇ ਨਿੱਕੇ ਬੱਚੇ ਨਾਲ ਗੱਲਾਂ ਕਰਦੀ ਕਦੀ ੱਟੀਆਂ ਚੁੱਕ ਚੁੱਕਰਾ ਵੇਖਦੀ ਸਤਪ੍ਰਾਈ ਨੂੰ ਇੰਜ ਇਕੱਲਾ ਵੇਖ ਉਹਦੀ ਗਵੰਡਣਾ ਕੋਠੇ ਤੇ ਆ ਗਈਆਂ ਤੇ ਸਤਪ੍ਰਾਈ ਨੂੰ ਗੱਲੀ ਲਾ ਲਿਆ ਗੱਲਾਂ ਗੱਲਾਂ ਚ ਗਵੰਡਣ ਨੇ ਸਵੇਰ ਦੇ ਅਨਰਥ ਦਾ ਜ਼ਿਕਰ ਕੀਤਾ ਸੁਲਤਾਨ ਨੇ ਕਿੰਨੀ ਜ਼ਿਆਦਤੀ ਕੀਤੀ ਸੀ ਤੇ ਗਵੰਡਣ ਵੇਖ ਵੇਖ ਹੈਰਾਨ ਹੋ ਰਹੀ ਸੀ ਕਿ ਸਤਪ੍ਰਾਈ ਉਸ ਸ਼ਾਮ ਕਿਸ ਤਰ੍ਹਾਂ ਸਭ ਕੁਝ ਭੁੱਲ ਚੁੱਕੀ ਸੀ ਨਿਮੜੇ ਉਹ ਤਾਂ ਵੈਰੀਆ ਹੱਕਰਾ ਥੋੜਾ ਮਾਰਿਆ ਸੀ ਆਸੂ ਹਿੰਦਕਾਵਨ ਆਪਣੀਆਂ ਤਰੀਮਕਤਾ ਕੀ ਮਾਰਿਆ ਹੀ ਕਰਨੇ ਨੇ ਕਾ ਧੰਨਵਾਦ